ਵਿਸਾਖ ਮਹੀਨੇ ਦੀ ਸੰਗਰਾਂਦ ਹੈ ਤੇ ਖਾਲਸਾ ਦਿਵਸ ਅੱਜ ਜਿਹੜਾ ਪੂਰੇ ਦੇਸ਼ ਅਤੇ ਦੇਸ਼ ਦੁਨੀਆ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ਅਜਿਹੇ ਵਿੱਚ ਗਲੋਬਲ ਸਿੱਖਸ ਵੱਲੋਂ ਅੱਜ ਵੱਡੇ ਪੱਧਰ ਤੇ ਇੱਕ ਉਪਰਾਲਾ ਕੀਤਾ ਗਿਆ ਤੇ ਫ੍ਰੀ ਵਿੱਚ ਇੱਥੇ ਦਸਤਾਰਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਸਿੱਖੀ ਵੱਲ ਜਾਂ ਕਹਿ ਸਕਦੇ ਹਾਂ ਕਿ ਸਰਦਾਰੀ ਵੱਲ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਤੇ ਗਲੋਬਲ ਸਿੱਖਸ ਵੱਲੋਂ ਇਹ ਵੱਡਾ ਉਪਰਾਲਾ ਕਰਦੇ ਹੋਏ ਫ੍ਰੀ ਵਿੱਚ ਦਸਤਾਰਾਂ ਜਿਹੜੀਆਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਤੇ ਬਹੁਤ ਸਾਰੇ ਅਜਿਹੇ ਇੱਛੁਕ ਹੁੰਦੇ ਨੇ ਜਾਂ ਬਹੁਤ ਸਾਰੇ ਅਜਿਹੇ ਚਾਹਵਾਨ ਹੁੰਦੇ ਨੇ ਕਿ ਉਹਨਾਂ ਨੂੰ ਇੱਛਾ ਹੁੰਦੀ ਹੈ ਕਿ ਉਹ ਸਰਦਾਰ ਦੇਖਣ, ਸਰਦਾਰੀ ਕਾਇਮ ਕਰਨ। ਤਾਂ ਅਜਿਹੇ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਬਹੁਤ ਸਾਰੇ ਵੀਰ ਆ ਜਿਹੜੇ ਦਸਤਾਰ ਸਜਾ ਕੇ ਇੱਕ ਦੂਜੇ ਦੇ ਜਿਹੜਾ ਸਰਦਾਰੀ ਕਾਇਮ ਕਰਦੇ ਨਜ਼ਰ ਆ ਰਹੇ ਆ। ਤਾਂ ਪਟਿਆਲਾ 'ਚ ਅੱਜ ਇਹ ਅਰਬਨ ਸਟੇਟ 'ਚ ਇਹ ਗਲੋਬਲ ਸਿੱਖਸ ਵੱਲੋਂ ਇੱਕ ਵੱਡਾ ਉਪਰਾਲਾ ਕਰਦੇ ਹੋਏ ਅੱਜ ਜਿਹੜਾ ਕਿ ਦਸਤਾਰ ਦਾ ਖੁੱਲ੍ਹਾ ਜਿਹੜਾ ਇੱਕ ਲੰਗਰ ਕਹਿ ਸਕਦੇ ਹਾਂ ਦਸਤਾਰ ਦਾ ਲਗਾਇਆ ਗਿਆ ਅਤੇ ਉੱਥੇ ਹੀ ਦਸਤਾਰਾਂ ਸਜਾ ਕੇ ਸਰਦਾਰ ਬਣਾਇਆ ਜਾ ਰਿਹਾ। ਤਾਂ ਦਸਤਾਰ ਸਜਾ ਕੇ ਜਿਹੜੇ ਨੌਜਵਾਨ ਚਾਹੁੰਦੇ ਆ ਕਿ ਅਸੀਂ ਸਰਦਾਰ ਦਿਖੀਏ, ਸਰਦਾਰ ਲੁੱਕ ਸਾਡੀ ਸਾਨੂੰ ਦਿਖੇ ਜਾਂ ਅਸੀਂ ਸਰਦਾਰ ਲੁੱਕ ਵਿੱਚ ਦਿਖੀਏ, ਤਾਂ ਉਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਨਿੱਕੇ ਨਿੱਕੇ ਬੱਚੇ ਆ ਜਿਹੜੇ ਉਹਨਾਂ ਨੂੰ ਵੀ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਜਾਂ ਦੁਮਾਲਾ ਟਾਈਪ ਆ ਜਿਹੜਾ ਉਹ ਸਜਾਇਆ ਜਾ ਰਿਹਾ। ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਵੱਡਾ ਉਪਰਾਲਾ ਜਿਹੜਾ ਅੱਜ ਗਲੋਬਲ ਸਿੱਖਸ ਵੱਲੋਂ ਕੀਤਾ ਗਿਆ। ਗਲੋਬਲ ਸਿੱਖਸ ਵੱਲੋਂ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਤਾਂ ਉਸ ਸੰਬੰਧੀ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਹ ਦਿਮਾਗ 'ਚ ਆਈਡੀਆ ਆਇਆ। ਅਤੇ ਇੱਕ ਪਾਸੇ ਜੇ ਦੇਖਿਆ ਜਾ ਰਿਹਾ ਕਿ ਖਾਲਸਾ ਦਿਵਸ ਅੱਜ ਪੂਰੇ ਵਰਲਡ ਵਿੱਚ ਦੇਸ਼ ਦੁਨੀਆ ਵਿੱਚ ਮਨਾਇਆ ਜਾ ਰਿਹਾ। ਵਾਹਿਗੁਰੂ ਜੀ ਖਾਲਸਾ ਜੀ, ਵਾਹਿਗੁਰੂ ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਤਾਂ ਅੱਜ ਦਸਤਾਰਾਂ ਦਾ ਲੰਗਰ ਕਹਿ ਸਕਦੇ ਹਾਂ ਕਿ ਅੱਜ ਪਟਿਆਲਾ ਦੀ ਧਰਤੀ 'ਤੇ ਗਲੋਬਲ ਸਿੱਖਸ ਵੱਲੋਂ ਲਗਾਇਆ ਗਿਆ ਅਤੇ ਇਹ ਆਈਡੀਆ ਕਿੱਥੋਂ ਆਇਆ ਅਤੇ ਅੱਗੇ ਕੀ ਕੁਝ ਜਿਹੜਾ ਪਲਾਨ ਬਣਾਇਆ ਹੋਇਆ? ਅੱਜ ਦੇ ਦਿਨ ਗੁਰੂ ਸਾਹਿਬ ਵੱਲੋਂ ਖਾਲਸਾ ਸਾਜਣਾ ਦਿਵਸ ਹੈਗਾ ਅਤੇ ਦੇਸ਼ ਭਰ ਵਿੱਚ ਸਾਰੇ ਥਾਵਾਂ 'ਤੇ ਹੀ ਮਨਾਇਆ ਜਾ ਰਿਹਾ ਅਤੇ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਦੇ ਵਿੱਚ ਦੇਖ ਰਹੇ ਹਾਂ ਆਪਾਂ ਕਿੰਨਾ ਉਤਸ਼ਾਹ ਵਾ। ਅਤੇ ਪਿਛਲੀ ਵਾਰ ਵੀ ਅਸੀਂ ਇਸੇ ਜਗ੍ਹਾ ਦੇ ਇਹੀ ਉਪਰਾਲਾ ਕੀਤਾ ਸੀਗਾ ਅਤੇ ਅੱਜ ਪੂਰੇ ਦੇਸ਼ ਭਰ ਵਿੱਚ ਘੱਟੋ ਘੱਟ 50 ਤੋਂ 60 ਜਗ੍ਹਾ ਦੇ ਉੱਪਰ ਇਹ ਦਸਤਾਰ ਦਾ ਲੰਗਰ ਲਗਾਇਆ ਜਾ ਰਿਹਾ ਇਹ ਸਾਡੀ ਸੰਸਥਾ ਵੱਲੋਂ। ਅਤੇ ਉਸ ਦੇ ਅਕੋਰਡਿੰਗ ਹੀ ਅਸੀਂ ਇੱਥੇ ਦੁਬਾਰਾ ਫਿਰ ਅਸੀਂ ਸਾਨੂੰ ਪਿਛਲੀ ਵਾਰ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਸੀ ਇਸ ਜਗ੍ਹਾ ਦੇ ਉੱਪਰ ਸੰਗਤਾਂ ਦੇ ਹਰ ਬਰਾਦਰੀ ਦਾ ਹਰ ਮਜ਼ਹਬ ਦਾ ਬੰਦਾ ਸਾਡੇ ਕੋਲ ਆਇਆ ਸੀ ਅਤੇ ਉਹਨਾਂ ਨੇ ਬਹੁਤ ਸਾਨੂੰ ਪ੍ਰਾਊਡ ਫੀਲ ਕੀਤਾ ਸੀਗਾ। ਅਤੇ ਉਸ ਨੂੰ ਦੇਖਦੇ ਹੋਏ ਸਾਨੂੰ ਇਸ ਵਾਰ ਵੀ ਸੀਗਾ ਜੀ ਦੁਬਾਰਾ ਫਿਰ ਵੀ ਵੱਧ ਚੜ੍ਹ ਕੇ ਜੋ ਖਾਲਸਾ ਪੰਥ ਸਾਜਣਾ ਦਿਵਸ ਹੈ ਉਸ ਦੇ ਉੱਪਰ ਵੀ ਇਹ ਕੰਮ ਕੀਤਾ ਜਾਵੇ ਅਤੇ ਉਸ ਚੱਲ ਰਿਹਾ ਜੀ। ਗਲੋਬਲ ਸਿੱਖਸ ਦੀ ਗੱਲ ਕਰਦੇ ਹਾਂ ਤਾਂ ਹੋਰ ਕੀ ਕੰਮ ਜਿਹੜੇ ਆ ਕੀਤੇ ਜਾ ਰਿਹਾ, ਕੀ ਸੇਵਾ ਨਿਭਾਈ ਜਾ ਰਹੀ ਹੈ? ਗਲੋਬਲ ਸਿੱਖਸ ਵੱਲੋਂ ਅਸੀਂ ਪਹਿਲਾਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਉੱਪਰ ਜੋ ਮਸਾਜ ਵਾਸਤੇ ਜੋ ਸਾਡੇ ਕੋਲ ਥੈਰੇਪੀ ਡਾਕਟਰ ਵੀ ਸੀਗੇ ਉੱਥੇ ਸੇਵਾ ਸਟਾਰਟ ਉੱਥੋਂ ਹੋਇਆ ਜੀ। ਤਾਂ ਹੁਣ ਅਸੀਂ ਦਸਤਾਰ ਦਾ ਲੰਗਰ ਲਗਾਇਆ ਜਾ ਰਿਹਾ ਦੇਸ਼ ਭਰ ਵਿੱਚ ਅਤੇ ਹਜੇ ਤਾਂ ਹੌਲੀ ਹੌਲੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜਿਵੇਂ ਜਿਵੇਂ ਜੋ ਵੀ ਸਹੂਲਤਾਂ ਹੋਣਗੀਆਂ ਜਿੰਨਾ ਵੀ ਹੋਇਆ ਸੇਵਾ ਵਿੱਚ ਹਾਜ਼ਰ ਹਾਂ ਸਾਰੇ ਥਾਵਾਂ 'ਤੇ ਜੀ। ਤਾਂ ਤੁਸੀਂ ਸੁਣਿਆ ਹੈ ਕਿ ਅੱਜ ਦਸਤਾਰ ਨੂੰ ਜਿਹੜਾ ਇੱਕ ਤਵੱਜੋ ਦਿੰਦੇ ਹੋਏ ਸਰਦਾਰੀ ਨੂੰ ਕਾਇਮ ਕਰਦੇ ਹੋਏ ਇੱਕ ਵੱਡਾ ਉਪਰਾਲਾ ਕੀਤਾ ਗਿਆ ਗਲੋਬਲ ਸਿੱਖਸ ਵੱਲੋਂ ਕਿ ਅੱਜ ਦਸਤਾਰਾਂ ਦਾ ਜਿਹੜਾ ਲੰਗਰ ਲਗਾ ਕੇ ਜਿਹੜੇ ਨੌਜਵਾਨ ਦੁਮਾਲਾ ਸਜਾਉਣ ਦੀ ਜਿਹੜੀ ਇੱਛਾ ਰੱਖਦੇ ਆ ਜਾਂ ਦਸਤਾਰ ਸਜਾਉਣ ਦੀ ਇੱਛਾ ਰੱਖਦੇ ਆ ਉਹਨਾਂ ਨੂੰ ਇਹ ਦਸਤਾਰਾਂ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਅਤੇ ਵੱਡਾ ਉਪਰਾਲਾ ਅੱਜ ਪਟਿਆਲਾ ਦੀ ਧਰਤੀ 'ਤੇ ਗਲੋਬਲ ਸਿੱਖਸ ਵੱਲੋਂ ਕੀਤਾ ਗਿਆ।